इस जज्बे के नाल इस जकारियां ते नारियां दे नाल जिहड़ा लगातार नौजवान ने वध रहे ने। सो लगातार हुण गुरद्वारा सुहाणा साहब पहुंचिया, गुरद्वारा सिंह सिद्धा सुहाणा साहब दियां तस्वीरां भी तुहानूं सज्जे हत्थ नज़र आउण लग पईआं होणगीआं। कैमरामैन नूं कहांगा कि तस्वीरां विखाउण, क्योंकि इह पड़ाव विखाया दस्सिया गया सी, इसे पड़ाव तों हुण जिहड़ी उह वापसी चंडीगढ़ दे वल जिहड़ी आ उह इस मार्च दी हो जाणी आ। सो इह मार्च हुण चंडीगढ़ वल वापस परत जाएगा। साढ़े नाल एक मौजूद है सिंह, ये सिंह नूं तुसीं अक्सर किसानी अंदोलन के समय वेख्या होगा, किसानी अंदोलन के समय जिहड़ियां तस्वीरां आईयां होणगीआं नज़र तुहानूं अज इस इत्थे कदे इस चौंक दे तुसीं खड़दे जदों मोर्चा लग्गिया सी किसानी अंदोलन लई, बंदी सिंघां नहीं लग्गिया, हुण वी इत्थे उस तरह ड्यूटी दिया करो वीरे। अपनी ड्यूटी वाहिगुरू ने लगाई है, आपां आवांगे बंदी सिंघां नूं रिहा करा के जावांगे। ਕਿਵੇਂ ਦੇਖ ਰਹੇ ਹੋ ਜਿਹੜਾ ਐਡਾ ਵੱਡਾ ਇਕੱਠ ਅੱਜ ਨੌਜਵਾਨਾਂ ਦਾ ਇੱਥੇ ਤੁਰਿਆ? ਇਹ ਵੀਰੇ ਬਹੁਤ ਵਧੀਆ ਇਕੱਠ, ਨਾਲੇ ਪੀਸਫੁਲ ਇਕੱਠ। ਇਕੱਠ ਜ਼ਿਆਦਾਤਰ ਅਸੀਂ ਰੈਲੀਆਂ ਦੇਖੀ, ਲੋਕ ਭੜਕ ਜਾਂਦੇ ਆ, ਬਹੁਤ ਕੁਛ ਹੋ ਜਾਂਦਾ, ਇਹ ਬਿਲਕੁਲ ਪੀਸਫੁਲ ਚੱਲ ਰਿਹਾ। ਕੋਈ ਗਲਤ ਨਾਰਾ ਨਹੀਂ ਲੱਗ ਰਿਹਾ, ਸਾਰੇ ਵਧੀਆ ਨਾਰੇ ਚੱਲਦੇ ਪਏ ਆ। ਪਹਿਲਾਂ ਥੋੜ੍ਹੀ ਕਦੀ ਕਦੀ ਹੋ ਜਾਂਦੀ ਸੀ ਗਲਤ ਨਾਰੇ ਲੱਗ ਜਾਂਦੇ ਸੀ, ਪਰ ਇੱਥੇ ਵੀ ਗਲਤ ਨਾਰੇ ਚੱਲ ਰਿਹਾ। ਇੱਥੇ ਸਿਰਫ ਬੰਦੀ ਸਿੰਘ ਰਿਹਾ ਕਰ ਉਹਦੇ ਨਾਰੇ ਚੱਲ ਰਹੇ ਆ, ਜਗਤਾਰ ਹਵਾਲਾ ਜੀ ਸੋਚਦੇ ਜਾਂ ਫਿਰ ਮੋਦੀ ਸਰਕਾਰ ਮੁਰਦਾਬਾਦ ਦੇ ਨਾਰੇ ਚੱਲ ਰਹੇ ਆ। ਲੱਗਦਾ ਕਿ ਸਰਕਾਰਾਂ ਨੂੰ ਜਿਹੜਾ ਦੋ ਤਰ੍ਹਾਂ ਦਾ ਕਾਨੂੰਨ ਵਰਤਿਆ ਜਾਂਦਾ ਹੈ ਉਹ ਹੁਣ ਬੰਦ ਕਰ ਲੈਣਾ ਚਾਹੀਦਾ, ਕਿਉਂਕਿ ਲੋਕ ਸਮਝ ਚੁੱਕੇ ਨੇ। ਉਹੀ ਤਾਂ ਗੱਲ ਨੇ ਵੀ ਲਾਰਜ, ਜਾਂ ਤਾਂ ਫਿਰ ਜੇ ਇੱਦਾਂ ਕਰਨਾ ਫਿਰ ਆਪਣੇ ਆਪ ਨੂੰ ਲਾਰਜਸ ਡੈਮੋਕ੍ਰੇਸੀ ਨਾ ਕਿਹਾ ਕਰਨ। ਮੇਰੀ ਤਾਂ ਇੱਕੋ ਅਪੀਲ ਹੈ, ਤੁਸੀਂ ਡੈਮੋਕ੍ਰੇਸੀ ਲਈ ਕਿਹਾ, ਸਜ਼ਾ ਸਾਰਿਆਂ ਲਈ ਇੱਕੋ ਹੈ, ਕਾਨੂੰਨ ਸਾਰਿਆਂ ਲਈ ਇੱਕੋ ਬਰਾਬਰ ਹੈ। ਇੱਕ ਪਾਸੇ ਇੱਕ ਸਾਡੇ ਹੈਗੇ ਬਾਬਾ ਜੀ, ਬਾਬਾ ਉਹ ਸਾਡੇ ਬਾਹਰ ਆਈ ਜਾਂਦੇ ਹੈ, ਬਲਾਤਕਾਰੀ ਨੇ ਉਹ ਬਾਹਰ ਆਈ ਜਾਂਦੇ, ਜਿਹਨੇ ਤੋਂ 3 ਕੇਸਿਸ ਚੱਲਦੇ ਪਏ ਹੈ। ਇੱਕ ਪਾਸੇ ਸਾਡੇ ਬੰਦੀ ਸਿੰਘ ਹੈ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਗਈਆਂ, ਉਹਨਾਂ ਨੂੰ ਬਾਹਰ ਨਹੀਂ ਛੱਡਦੇ। ਇਹੀ ਤਾਂ ਚੀਜ਼ ਹੈ ਨਾ ਵੀਰੇ, ਐਵੇਂ ਛੱਡਣਾ ਚਾਹੀਦਾ। ਬਾਕੀ ਤੁਹਾਨੂੰ ਐਂਡ ਦੇ ਵਿੱਚ ਇੱਕ ਸ਼ੇਅਰ ਸੁਣਾਊਂਗਾ, ਬਲਾਤਕਾਰੀ ਆਵੇ ਬਾਹਰ ਦੇ ਢੋਲ ਨਿਗਾਰੇ ਵੱਜਦੇ ਨੇ, ਕਿਉਂ ਅੱਤਵਾਦੀ ਤਾਂ ਸਿੰਘਾਂ ਸਿਰ ਹੀ ਸਜਾਏ ਜਾਂਦੇ ਨੇ, ਕਿਉਂ ਅੱਤਵਾਦੀ ਤਾਂ ਸਿੰਘਾਂ ਸਿਰ ਹੀ ਸਜਾਏ ਜਾਂਦੇ ਨੇ। ਜੇ ਸਜ਼ਾ ਇੱਕੋ ਜਿਹੀ ਨਹੀਂ ਤਾਂ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਨਾ ਕਿਹਾ ਕਰੋ। ਬਾਕੀ ਗੱਲ ਸਰਕਾਰੀ ਦੇ ਨਾਲ ਬਾਅਦ 'ਚ, ਪਹਿਲਾਂ ਸਾਡੇ ਸਾਰੇ ਬੰਦੀ ਸਿੰਘ ਰਿਹਾ ਕਰੋ, ਸਾਡੇ ਬੰਦੀ ਸਿੰਘ ਰਿਹਾ ਕਰੋ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਗਾਤਾਰ ਜਿਹੜਾ ਨੌਜਵਾਨਾਂ ਦੇ ਵੱਲੋਂ ਇਹ ਨਾਰੇ ਨੇ, ਇਹ ਜਿਹੜੀਆਂ ਇੱਕ ਹੁਣ ਲਾਈਨਾਂ ਤੁੱਕਾਂ ਜੁੜਨ ਲੱਗੀਆਂ ਨੇ, ਕਿਉਂਕਿ ਜਦੋਂ ਕਿਸਾਨ ਅੰਦੋਲਨ ਤੁਰੇ ਆ ਉਦੋਂ ਵੀ ਇਸੇ ਤਰ੍ਹਾਂ ਤੁੱਕਾਂ ਜੋੜ ਕੇ ਲਗਾਤਾਰ ਗਾਣੇ ਬਣੇ। ਤੁਹਾਡੇ ਇਸ ਚੌਂਕ ਦੇ ਵਿੱਚੋਂ ਜਿੱਥੇ ਤੁਸੀਂ ਖੜ੍ਹਦੇ ਹੁੰਦੇ ਸੀ, ਇਹਦੇ ਪਿੱਛੇ ਕਹਿੰਦੇ ਜਿਹੜੀ ਪੰਜਾਬ ਦੀ ਇੰਡਸਟਰੀ ਆ ਉਹ ਸਾਰੀ ਰਹਿੰਦੀ ਆ ਉਹ ਪਿਛਲੀ ਬਿਲਡਿੰਗ ਦੇ ਵਿੱਚ, ਸਾਹਮਣੇ। ਹਾਂ, ਸੋ ਉਹ ਲੱਗਦਾ ਵੀ ਉਹ ਹੁਣ ਸਿੰਗਰਾਂ ਨੂੰ ਵੀ ਜਿਵੇਂ ਉੱਥੋਂ ਤੁਰੇ ਸੀ ਹੁਣ ਤੁਰਨਾ ਚਾਹੀਦਾ ਵੀਰੇ? ਹੁਣ ਵੀ ਆ ਰਹੇ ਆ, ਆਪਾਂ ਨਹੀਂ ਕਹਿੰਦੇ ਨਹੀਂ ਆ ਰਹੇ। ਕਨਵਰ ਗਰੇਵਾਲ ਸਾਹਿਬ ਜੀ ਆ ਗਏ, ਸਾਡੇ ਹਰਫ ਵੀਰ ਜੀ ਆ ਗਏ, ਜਸ ਬਾਜਵਾ ਜੀ ਆ ਗਏ, ਹੇਮੰਤ ਸੰਧੂ ਜੀ ਆ ਗਏ, ਹੋਰ ਵੀ ਆਣਗੇ, ਹਰ ਹੌਲੀ ਹੌਲੀ ਆ ਰਹੇ, ਕੋਈ ਨਾ ਸਾਰੇ ਇੱਕਦਮ ਨਹੀਂ ਆਉਂਦੇ, ਕੋਈ ਨਾ ਆ ਜਾਣਗੇ ਆਪਣੇ ਆਪ ਹੀ, ਇਹਨਾਂ ਨੂੰ ਵੀ ਪਤਾ ਸਿੱਖੀ ਲੜ ਰਹੇ। ਬਾਕੀ ਇੰਸਟਾਗ੍ਰਾਮ 'ਤੇ ਸਾਰੇ ਪੋਸਟਾਂ ਸ਼ੇਅਰ ਕਰ ਰਹੇ ਆ, ਮਨਕੀਰ ਦੌਲਖ ਜੀ ਨੇ ਵੀ ਕੀਤੀ ਹੈ, ਬਾਕੀ ਸਾਰੇ ਕਰਦੇ ਪਏ, ਹੌਲੀ ਹੌਲੀ ਕਰਨਗੇ ਅਤੇ ਹੌਲੀ ਹੌਲੀ ਸਾਰੇ ਜੁੜਨਗੇ, ਕਿਉਂਕਿ ਇੱਕਦਮ ਸਾਰੇ ਜੁੜਦੇ ਨਹੀਂ, ਹੌਲੀ ਹੌਲੀ ਸਾਰੇ ਇਕੱਠੇ ਹੋ ਜਾਂਦੇ ਆ। ਸੋ ਇਹ ਇਸ ਇਨਸਾਫ ਮੋਰਚੇ ਦੀਆਂ ਤਸਵੀਰਾਂ ਸੀ। ਸੋ ਲਗਾਤਾਰ ਇਹ ਮੋਰਚਾ ਅੱਗੇ ਵੱਧਦਾ ਜਾ ਰਿਹਾ, ਇਹ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਸੀ, ਅਤੇ ਲਗਾਤਾਰ ਜਿਹੜੀਆਂ ਇਹ ਤਸਵੀਰਾਂ ਪਿੱਛੇ ਦੇਖੂੰਗਾ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ। ਸੋ ਇਹ ਵੀ ਵੱਖ ਵੱਖ ਜਥੇਬੰਦੀਆਂ ਦੇ ਪੋਸਟਰ ਨੇ, ਜਿਹੜੇ ਪੋਸਟਰਾਂ ਨੂੰ ਲੈ ਕੇ ਜਿਹੜਾ ਅੱਗੇ ਵਧਿਆ ਜਾ ਰਿਹਾ। ਪਾਤਸ਼ਾਹੀ ਦਾਅਵੇ ਦੀ ਗੱਲ ਕੀਤੀ ਜਾਂਦੀ ਹੈ, ਜਿਸ ਪਾਤਸ਼ਾਹੀ ਦਾਅਵੇ ਦੀ ਗੱਲ ਕਦੇ ਦੀਪ ਸਿੱਧੂ ਕਰਿਆ ਕਰਦਾ ਸੀ ਕਿ ਅਸੀਂ ਪਾਤਸ਼ਾਹੀ ਦਾਅਵੇ ਦੇ ਉੱਤੇ, ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਉੱਤੇ ਚੱਲਣ ਵਾਲੀ ਕੌਮਾਂ। ਸੋ ਲਗਾਤਾਰ ਨੌਜਵਾਨ ਵੀ ਇੱਥੇ ਅੱਗੇ ਚੱਲ ਰਹੇ ਨੇ। ਬਈ ਕਿਹਾ ਜਾਂਦਾ ਕਿ ਨੌਜਵਾਨ ਕਿਸੇ ਦੇ ਜਾਬਤੇ 'ਚ ਨਹੀਂ ਰਹਿੰਦੇ, ਨੌਜਵਾਨ ਹੁੱਲੜਬਾਜ਼ ਹੁੰਦੇ ਨੇ, ਪਰ ਅੱਜ ਇੱਥੋਂ ਤਸਵੀਰ ਬਦਲੀ ਨਜ਼ਰ ਆ ਰਹੀ ਹੈ। ਬਿਲਕੁਲ ਭਾਈ ਜੀ, ਪੂਰਾ ਪੀਸਫੁਲ ਮੋਰਚਾ ਚੱਲ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਲਈ, ਕੋਈ ਵੀ ਹੁੱਲੜਬਾਜ਼ੀ ਨਹੀਂ ਕੀਤੀ ਜਾ ਰਹੀ, ਬਹੁਤ ਵਧੀਆ ਇੱਥੇ ਸਾਰੇ ਨੌਜਵਾਨ ਜਿਹੜੇ ਪਹੁੰਚੇ ਨੇ ਅਨੁਸ਼ਾਸਨ ਦੇ ਵਿੱਚ ਨੇ ਸਾਰੇ, ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ, ਸਾਡੀ ਇਹੀ ਮੰਗ ਹੈ ਜੀ।
ਬਈ ਇਸ ਇਸ ਇਹਦਾ ਜਿਹੜਾ ਮਾਰਚ ਕੱਢਿਆ ਗਿਆ ਕਹਿੰਦੇ ਇਹਦੇ ਦੋ ਤਿੰਨ ਮੁੱਖ ਮਕਸਦ ਸੀ। ਇੱਕ ਤਾਂ ਸੀ ਕਿ ਚੰਡੀਗੜ੍ਹ ਮੋਹਾਲੀ ਦੇ ਨੇੜੇ ਦੇ ਲੋਕ ਜਿਹੜੇ ਘਰਾਂ 'ਚ ਨੇ ਉਹਨਾਂ ਨੂੰ ਇਹ ਦੱਸਿਆ ਜਾਵੇ ਕਿ ਮੋਰਚਾ ਲੱਗਿਆ, ਅਤੇ ਦੂਜਾ ਸੀ ਕਿ ਨੌਜਵਾਨਾਂ ਤੱਕ ਇਹ ਸੂਚਨਾ ਪਹੁੰਚਾਈ ਜਾਵੇ ਕਿ ਸਾਡੇ ਕਿਹੜੇ ਕਿਹੜੇ ਬੰਦੀ ਸਿੰਘ ਅੰਦਰ ਨੇ, ਕਿਹੜੇ ਕਿਹੜੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣਾ, ਕਿੰਨੇ ਕਿੰਨੇ ਸਾਲ ਉਹਨੂੰ ਅੰਦਰ ਹੋ ਗਏ। ਲੱਗਦਾ ਕਿ ਉਹ ਮੋਟੀ ਪੂਰਾ ਹੋਇਆ ਬਾਈ। ਇਸ ਮਾਰਚ ਦੇ ਨਾਲ ਬਹੁਤ ਸਾਰੇ ਨੌਜਵਾਨ ਜਿਨ੍ਹਾਂ ਨੂੰ ਨਹੀਂ ਪਤਾ ਸੀ ਕਿ ਕਿਹੜੇ ਕਿਹੜੇ ਸਿੰਘ ਨੇ ਜਿਹੜੇ ਬੰਦੀ ਸਿੰਘ ਨੇ ਸਜ਼ਾ ਪੂਰੀ ਹੋ ਚੁੱਕੀ ਆ, ਤਕਰੀਬਨ ਪੰਜਾਬ ਦੇ ਵਿੱਚ ਹੁਣ ਸਾਰੇ ਹੀ ਨੌਜਵਾਨਾਂ ਨੂੰ ਪਤਾ ਲੱਗ ਚੁੱਕਿਆ। ਬਹੁਤ ਸਾਰੇ ਨੌਜਵਾਨਾਂ ਨੂੰ ਨਹੀਂ ਪਤਾ ਸੀ, ਜਦੋਂ ਦਾ ਇਹ ਮੋਰਚਾ ਲੱਗਿਆ ਬਹੁਤ ਸਾਰੀ ਚੇਤਨਾ ਵੱਧ ਚੁੱਕੀ ਆ ਨੌਜਵਾਨਾਂ ਦੇ ਵਿੱਚ ਸਿੱਖ ਸਿਆਸੀ ਕੈਦੀਆਂ ਬਾਰੇ। ਜ਼ੂਮ ਕਰਨ 9 ਸਿੱਖ ਜਿਹੜੇ ਪ੍ਰਿਜ਼ਨਰ ਹੂ ਇਜ਼ ਦਾ ਸਪੈਂਡ ਮੋਰ ਦੈਨ 20 ਈਅਰ ਇਨ ਦਾ ਜੇਲ। ਸੋ ਇਹ ਇੰਗਲਿਸ਼ ਦੇ ਵਿੱਚ ਬਣਾਇਆ ਗਿਆ ਕਿ ਜਿਹੜਾ ਪੰਜਾਬੀ ਨਾ ਸਮਝ ਸਕੇ ਉਹ ਇੰਗਲਿਸ਼ ਦੇ ਵਿੱਚ ਬਣਾ ਦਿੱਤਾ ਗਿਆ ਉਹਨਾਂ ਦੇ ਲਈ। ਇੰਗਲਿਸ਼ ਦੇ ਵਿੱਚ ਸਾਰਾ ਕੁਝ ਲਿਖ ਦਿੱਤਾ ਗਿਆ, ਹਿੰਦੀ ਦੇ ਵਿੱਚ ਕਿ ਜਿਹੜਾ ਜਿਸ ਤਰ੍ਹਾਂ ਨਾਲ ਸਮਝ ਸਕੇ ਉਹਦੀ ਸਮਝ ਦੇ ਮੁਤਾਬਿਕ ਇਹ ਸਾਰਾ ਤਿਆਰ ਕਰ ਦਿੱਤਾ ਗਿਆ। ਜਗਤਾਰ ਸਿੰਘ ਹਵਾਰਾ ਹੋਣਾ ਦੀ ਤਸਵੀਰ, ਦਵਿੰਦਰ ਪਾਲ ਭੁੱਲਰ ਹੋਣਾ ਦੀ ਤਸਵੀਰ ਹੈ, ਗੁਰਦੀਪ ਸਿੰਘ ਖਹਿਰਾ ਹੋਣਾ ਦੀ ਤਸਵੀਰ, ਬਲਵੰਤ ਸਿੰਘ ਰਾਜੂਆਣਾ, ਸ਼ਮਸ਼ੀਰ ਸਿੰਘ ਹੋਣਾ ਦੀ, ਗੁਰਮੀਤ ਸਿੰਘ ਹੋਣਾ ਦੀ, ਜਗਤਾਰ ਸਿੰਘ ਤਾਰਾ, ਲਖਵਿੰਦਰ ਸਿੰਘ ਲੱਖੀ, ਪਰਮਜੀਤ ਸਿੰਘ ਪਿਓਰਾ, ਇਹ ਸਾਰੇ ਲਗਾਤਾਰ ਜਿਹੜੇ ਸਿੱਖ ਕੈਦੀ ਨੇ ਜੇਲ੍ਹਾਂ ਦੇ ਵਿੱਚ ਨੇ, ਕੁਝ 27 ਸਾਲ ਦੇ ਕਰੀਬ ਦਾ ਸਮਾਂ ਕੱਢ ਚੁੱਕੇ ਨੇ, ਕੁਝ 25 ਸਾਲ ਅਤੇ ਕਈਆਂ ਨੂੰ 32-32 ਸਾਲ ਦਾ ਸਮਾਂ ਵੀ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਹੋ ਗਿਆ। ਬੇਸ਼ੱਕ ਉਹ ਬੜੈਲ ਦੀ ਜੇਲ੍ਹ ਹੋਵੇ, ਬੇਸ਼ੱਕ ਉਹ ਪਟਿਆਲੇ ਦੀ ਜੇਲ੍ਹ ਹੋਵੇ, ਜਾਂ ਫਿਰ ਤਿਹਾੜ ਜੇਲ੍ਹ ਹੋਵੇ ਦਿੱਲੀ ਦੀ, ਸੋ ਇਹਨਾਂ ਸਾਰੀਆਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਉਹ ਕੈਦ ਨੇ, ਉਹਨਾਂ ਨੂੰ ਰਿਹਾਅ ਕਰਵਾਉਣ ਦੇ ਲਈ ਜਿਹੜਾ ਉਹ ਅੱਜ ਮਾਰਚ ਜਿਹੜਾ ਲਗਾਤਾਰ ਚੱਲ ਰਿਹਾ। ਸੋ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸੋ ਇਹ ਤਸਵੀਰਾਂ ਲਗਾਤਾਰ ਸੋ ਮੀਰੀ ਅਤੇ ਪੀਰੀ ਦਾ ਸਿਧਾਂਤ, ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਾਤਸ਼ਾਹ ਪਹਿਨਦੇ ਨੇ, ਅਤੇ ਉਸੇ ਦੇ ਤਹਿਤ ਮੀਰੀ ਪੀਰੀ ਦੇ ਸਿਧਾਂਤ ਦੇ ਤਹਿਤ ਨੌਜਵਾਨ ਅੱਜ ਇਹ ਸ੍ਰੀ ਸਾਹਿਬਾਂ ਲਹਿਰਾ ਰਹੇ ਨੇ, ਸ੍ਰੀ ਸਾਹਿਬਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਕਿ ਸ੍ਰੀ ਸਾਹਿਬਾਂ ਵਿਖਾਈਆਂ ਜਾ ਰਹੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਅੱਗੇ ਵੱਧ ਰਹੀ ਹੈ। ਹੋਲੀ ਹੋਈ।